ਸਾਡੇ ਗੇੜ ਕੀ ਮਾਨੇ ਇੱਕ ਗੈਂਗ ਫੜਿਆ ਆ ਮਾਨਯੋਗ ਸੀ ਪੀ ਸਾਹਿਬ ਦੀਆਂ ਇੰਸਟਰਕਸ਼ਨਾਂ ਮੁਤਾਬਕ ਔਰ ਸਾਡੇ ਏ ਡੀ ਸੀ ਪੀ ਵਨ ਸਾਹਿਬ ਡਾਕਟਰ ਮਹਿਤਾਬ ਸਿੰਘ ਹੋਰਾਂ ਦੀਆਂ ਇੰਸਟਰਕਸ਼ਨਾਂ ਮੁਤਾਬਕ ਇੱਕ ਸਬ ਇੰਸਪੈਕਟਰ ਸਾਡੇ ਭੁਪਿੰਦਰ ਸਿੰਘ ਨੇ ਆਈ ਸੀ ਪੀ ਪੀ ਅਨਗੜ੍ਹ ਕੱਲ੍ਹ ਰਾਤ ਇਹਨਾਂ ਨੂੰ 9 ਵਜੇ ਖਜ਼ਾਨਾ ਗੇਟ ਮੁਖਬਰੀ ਹੋਈ ਸੀ ਕਿ 5 ਜਣੇ ਬੀ ਬਲੋਕ ਕੁਆਟਰਾਂ ਦੇ ਵਿੱਚ ਜਿਹੜੇ ਆ ਵੰਡਣ ਪਏ ਕੁਆਟਰਾਂ ਦੇ ਵਿੱਚ ਕੋਈ ਲੁੱਟ ਖੋਹ ਕਰਨ ਦੀ ਡਕੈਤੀ ਕਰਨ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਇਕੱਠੇ ਹੋਏ ਜਿਹਦੇ 'ਤੇ ਭੁਪਿੰਦਰ ਨੇ ਉੱਥੇ ਰੇਡ ਕਰਕੇ ਅਤੇ 5 ਦੋਸ਼ੀਆਂ ਨੂੰ ਜਿਹੜਾ ਕਾਬੂ ਕੀਤਾ ਆ ਜਿਹਦੇ ਵਿੱਚ ਇੱਕ ਸਾਹਿਲ ਹੈ ਰੋਹਿਤ ਸਮਾਈਲ ਸਾਹਿਲ ਉਰਫ ਸਾਲੂ ਅਤੇ ਕੰਬਲ ਉਰਫ ਕਾਲੂ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਆ ਔਰ ਇਹਨਾਂ ਕੋਲੋਂ ਇੱਕ ਪਿਸਟਲ ਮਿਲਿਆ 32 ਬੋਰ ਦਾ ਜੀ 2 ਕਿਰਪਾਨਾਂ ਮਿਲੀਆਂ ਨੇ 2 ਦਾਤਰ ਮਿਲੇ ਨੇ ਔਰ ਇਹ ਜਿਹੜੀ ਵਾਰਦਾਤ ਈ ਰਿਕਸ਼ਾ ਵਗੈਰਾ 'ਤੇ ਕਰਦੇ ਸੀ ਉਹ ਈ ਰਿਕਸ਼ਾ ਵੀ ਇਹਨਾਂ ਕੋਲ ਬਰਾਮਦ ਹੋਇਆ ਅਤੇ ਇਹਨਾਂ ਦੀ ਮੋਡਸ ਬਰੰਡੀ ਇਹ ਸੀ ਵੀ ਇਹ ਪਹਿਲਾਂ ਜਿਹੜੀਆਂ ਵਾਰਦਾਤਾਂ ਇਹਨਾਂ ਨੇ ਕੀਤੀਆਂ ਨੇ ਵੀ ਰੇਲਵੇ ਸਟੇਸ਼ਨ ਤੋਂ ਈ ਰਿਕਸ਼ਾ ਦੇ ਵਿੱਚ ਸਵਾਰੀ ਨੂੰ ਬਿਠਾ ਕੇ ਅਤੇ ਬੀ ਬਲੋਕ ਵਾਲੇ ਪਾਸੇ ਲਿਆ ਕੇ ਅਤੇ ਉਹਨਾਂ ਤੋਂ ਲੁੱਟ ਖੋਹ ਕਰਦੇ ਸੀ ਅਤੇ ਕੱਲ੍ਹ ਇਹਨਾਂ ਨੇ ਜਿਹੜੀ ਆ ਮਠੂਤ ਫਾਈਨੈਂਸ ਹੈਗੀ ਆਪਣੀ ਮਜੀਠ ਮੰਡੀ ਉਹਨੂੰ ਲੁੱਟਣ ਦੀ ਇਹਨਾਂ ਦੀ ਯੋਜਨਾ ਜਿਹੜੀ ਬਣਾ ਰਹੇ ਸੀ ਉਹਦੇ ਵਿੱਚ ਇਹਨਾਂ ਕੋਲ ਉਹ ਉਸ ਏਰੀਏ ਦਾ ਨਕਸ਼ਾ ਵੀ ਮਿਲਿਆ ਆ ਅਤੇ ਬਾਕੀ ਇਹ ਬਰਾਮਦਗੀ ਮਿਲੀ ਅਤੇ ਇਹ ਜਿਹੜੀ ਪਹਿਲਾਂ ਇਹਨਾਂ ਨੇ ਵਾਰਦਾਤ ਕੀਤੀ ਸੀ ਉਹ ਇੱਕ ਆਰਮੀ ਦੇ ਵਿੱਚ ਫੌਜੀ ਹੈ ਜੀ ਉਹਨੂੰ ਇਹਨਾਂ ਨੇ ਬਿਠਾਇਆ ਸੀ ਅਤੇ ਉਹਦੇ ਕੋਲ ਲੁੱਟ ਖੋਹ ਕੀਤੀ ਸੀ 2 ਮੋਬਾਈਲ ਖੋਏ ਸੀ ਕੁਝ ਪੈਸੇ ਖੋਏ ਸੀ ਉਹਦੇ ਕੋਲ ਜਿਹਦੇ ਵਿੱਚ 1 ਮੋਬਾਈਲ ਰਿਕਵਰ ਹੋ ਗਿਆ ਆ ਔਰ ਬਾਕੀ ਜਿਹੜੇ ਆ ਉਹ ਰਿਕਵਰ ਕਰਨੇ ਇਹਨਾਂ ਦੇ ਖਿਲਾਫ ਪਹਿਲਾਂ ਜਿਹੜਾ ਮੁਕੱਦਮਾ ਜਿਹੜਾ ਕੱਲ੍ਹ ਦਰਜ ਕੀਤਾ ਹੈ 115 ਨੰਬਰ ਮੁਕੱਦਮਾ ਆ ਅੰਡਰ ਸੈਕਸ਼ਨ 399 402 IPC ਔਰ ਉਹਦੇ ਵਿੱਚ ਇਹਨਾਂ ਦੀ ਅਰੈਸਟ ਪਈ ਆ ਫਰਦਰ ਇਹਨਾਂ ਕੋਲ ਪੁੱਛਗਿੱਛ ਜਾਰੀ ਆ ਔਰ ਜਿਹੜਾ ਪਹਿਲਾਂ ਫੌਜੀ ਤੋਂ ਇਹਨਾਂ ਨੇ ਲੁੱਟ ਖੋਹ ਕੀਤੀ ਸੀ ਉਹਦੇ ਉਹਦੇ ਸੰਬੰਧੀ 110 ਨੰਬਰ ਮੁਕੱਦਮਾ 25-5 ਦਾ ਸਾਡੇ ਕੋਲ 379 ਦਾ ਦਰਜ ਹੈ ਉਹ ਵੀ ਇਸੇ ਥਾਣੇ 'ਚ ਹੀ ਦਰਜ ਹੈ ਜੀ ਬੀ ਬਲੋਕ ਦੇ ਵਿੱਚ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਔਰ ਇਹਨਾਂ ਦਾ ਜਿਹੜਾ ਗੈਂਗ ਦਾ ਸਰਗਣਾ ਸਾਹਿਲ ਹੈ ਜੀ ਸਾਹਿਲ ਦੇ ਖਿਲਾਫ ਪਹਿਲਾਂ ਵੀ ਲੁੱਟ ਖੋਹ ਦੇ ਪਰਚੇ ਦਰਜ ਹੈਗੇ ਇੱਕ ਇਹ ਦੋਸ਼ੀ ਜਿਹੜਾ ਨੀਰਜ ਉਹ ਅਜੇ ਭੱਜਿਆ ਹੋਇਆ ਉਹ ਅਰੈਸਟ ਕਰਨਾ ਬਾਕੀ ਹੈ ਇਹ ਲੋਕਲੀ ਰਹਿਣ ਵਾਲੇ ਆ ਜੀ ਇੱਥੋਂ ਦੇ ਹਰੀਪੁਰਾ ਸਾਈਡ ਦੇ ਨਸ਼ਾ ਐਜ਼ ਇਟ ਇਜ਼ ਅਜੇ ਤਾਂ ਨਹੀਂ ਕੋਈ ਗੱਲ ਸਾਹਮਣੇ ਆਈ ਜੀ ਫਿਰ ਵੀ ਉਹ ਵੈਰੀਫਾਈ ਕਰਾਂਗੇ